हां जी सत श्री अकाल जी, मैं ਤੁਹਾਡਾ ਆਪਣਾ ਵਰਿੰਦਰ ਗਿੱਲ 66 ਵਾਲਾ। ਤੇ ਤੁਸੀਂ ਸਾਰੇ ਆਸ ਕਰਦੇ ਆ ਕਿ ਠੀਕ ਠਾਕ ਹੋਵੋਗੇ, ਤੇ ਉਹ ਲੈ ਚੱਲਦੇ ਆ ਤੁਹਾਨੂੰ ਆਪਣੀ ਅੱਜ ਦੀ ਵੀਡੀਓ ਵੱਲ। ਆਹ ਵੀਰ ਨੇ ਮਗਾਈ ਘੜੀ, ਖਾਲੀ ਨਿਕਲਿਆ ਡੱਬਾ। ਕੀ ਹਾਲ ਵੀਰ? ਮੈਨੂੰ ਸਾਂਭ ਕੇ ਰੱਖ, ਗਲਾਸ ਲਾਵੀ ਗਾਹ, ਕੜੀ ਲਾਵੀ ਤੇ ਉੱਤੇ ਲਾਵੀ। ਗੱਲ ਕੀ ਵੀਰੇ ਨੇ ਗਲਾਸ ਕਾਰਡ ਆਰਡਰ ਕਰ ਲੈਣਾ ਨੇ ਕੜੀ ਦਾ ਨੇ, ਓਵੇ ਕੱਢੀ ਜੇ ਕਿਨੇ ਕੱਢਣਾ ਤੇ ਆਹ ਕੋ ਰੱਖਣਾ ਵਿੱਚ ਬਈ, ਖੁਦ ਸੋਚ ਭਾਈ ਤੁਸੀਂ ਆਪ ਸਿਆਣੇ ਜੇ, ਮਤਲਬ ਜੇ ਕਿਨੇ ਕੱਢਣਾ ਤੇ ਆਹ ਕੋ ਰੱਖਣਾ ਵਿੱਚ। ਪਰ ਇਹ ਹੈ ਨਾ ਕਿ ਟੇਪ ਖੁੱਲੀ ਹੋਈ ਪੰਜਾਬ ਪੈਕਿੰਗ ਆਉਣੀ ਜਿਹੜੀ ਵੀਰੇ ਆ, ਇਹਨੂੰ ਗਲਾਸ ਕਾਰਡ ਹੀ ਕਹਿੰਦੇ ਆ, ਜਿਹੜੀ ਪੈਕਿੰਗ ਆਉਣੀ ਉਹ ਤੇ ਬੰਦ ਹੀ ਹੋਣੀ ਨਾ। ਆਹ ਪਹਿਲਾਂ ਫੋਨ ਸਾਫ ਕਰਨਾ ਤੇ ਮੱਝ ਆਹ ਸਾ ਕੇ ਆਹ ਲਾ ਲੈਣਾ, ਵਾਚ ਦਾ ਗਲਾਸ ਕਾਰਡ ਲਿਖਣਾ ਵੀਰੇ, ਤੇ ਤੈਨੂੰ ਭੁਲੇਖਾ ਪਿਆ ਆਰਡਰ ਕਰਨ ਲੱਗੇ ਨੇ, ਚੰਗੀ ਤਰ੍ਹਾਂ ਤੈਨੂੰ ਪੜ੍ਹ ਕੇ ਆਰਡਰ ਕਰਨਾ, ਜਾਂ ਜੇ ਵੀ ਕੱਢਣਾ ਤੈਨੂੰ ਕੱਢ ਕੇ ਵਿਖਾ ਦਿੰਦੇ ਕੀ ਕੀ ਆਰਡਰ ਆ ਉੱਤੇ, ਅਜੇ ਇਹੋ ਇਕੱਲਾ ਆਉਂਦਾ ਨਾ। ਕਾਹਤੋਂ ਕੀਤਾ ਕਾਹਤੋਂ ਘੜੀ ਵਿੱਚ ਕਿਹੜੀ ਕਿਹੜੀ ਕੰਪਨੀ ਘੜੀ ਨਹੀਂ ਸੀ ਵੀਰੇ, ਉਹ ਕਿਹੜੀ ਕੰਪਨੀ ਦਾ ਧਣੀਆਂ ਤੋਂ ਕੀਤਾ ਸੀ ਧਣੀਆਂ, ਧੋਣੀ ਖੋਲ ਦਤਾ ਤੇ ਧਣੀ ਖੋਲ ਲਾਣਾ, ਖੋਲ ਧਣੀ ਆ ਆਪਣੇ ਧਣੀ ਧੋਣੇ ਨਿਕਲਾਉਣਾ ਹੈ ਡੱਬਾ ਖਾਲੀ ਸੀ, ਪਹਿਲਾਂ ਹੀ ਖੁੱਲਾ ਆਇਆ ਸੀ, ਇੱਕ ਗਲਾਸ ਗਾਰਡ ਹੀ ਨਿਕਲਿਆ ਵਿੱਚੋਂ ਘੜੀ ਦਾ, ਤੇ ਆਰਡਰ ਕੀਤੀ ਸੀ ਵੀਰ ਨੇ ਘੜੀ, ਜੋ ਕਿ ਨਹੀਂ ਆਈ, ਘੜੀ ਤਾਂ ਨਹੀਂ ਆਈ, ਬਾਕੀ ਉਹ ਸਮਾਰਟ ਵਾਚ ਸੀ ਉਹਦਾ ਇਕੱਲਾ ਗਾਰਡ ਹੀ ਆਇਆ ਹੈ। ਸੋ ਤੁਸੀਂ ਸਾਰੇ ਇੱਦਾਂ ਕਰਿਆ ਕਰੋ, ਜਦੋਂ ਵੀ ਕੋਈ ਮੰਗਵਾਉਂਦੇ ਜੇ ਆਰਡਰ, ਉਹਨੂੰ ਪਹਿਲਾਂ ਚੈੱਕ ਕਰ ਲਿਆ ਕਰੋ ਖੁੱਲਾ ਤਾਂ ਨਹੀਂ ਆ, ਜਾਂ ਫਿਰ ਉਹਨੂੰ ਚੈੱਕ ਖੋਲ ਕੇ ਵੀ ਦੇਖ ਲਿਆ ਕਰੋ ਵੀ ਉਹਦੇ ਵਿੱਚ ਹੈ ਵੀ ਆ ਕੁਝ ਕਿ ਨਹੀਂ ਹੈਗਾ। ਕਈ ਵਾਰੀ ਇਹ ਖਾਲੀ ਗੱਤਾ ਹੀ ਦੇ ਜਾਂਦੇ ਆ, ਕਈ ਵਾਰੀ ਇਹ ਡਿਲੀਵਰੀ ਵਾਲੇ ਵੀ ਕਰ ਜਾਂਦੇ ਆ, ਜਾਂ ਫਿਰ ਪਿੱਛੋਂ ਕਈ ਵਾਰੀ ਆ ਜਾਂਦਾ ਵਾ। ਸੋ ਸਾਰੇ ਆਪਣਾ ਧਿਆਨ ਰੱਖਿਆ ਕਰੋ ਵੀ ਇਹੀ ਆ ਚੀਜ਼, ਜਦੋਂ ਲੈਣੀ ਆ ਕੋਈ ਵੀ ਚੀਜ਼ ਇਹਨਾਂ ਤੋਂ ਡਿਲੀਵਰੀ ਵਾਲਿਆਂ ਤੋਂ, ਉਦੋਂ ਚੈੱਕ ਕਰਕੇ ਲੈਣੀ ਆ ਕਿ ਡਿਲੀਵਰੀ ਦੇ ਵਿੱਚ ਦੇਣ ਦੇ ਟਾਈਮ ਜਿਹੜੀ ਚੀਜ਼ ਦੇਣ ਡਿਆ ਉਹਦੇ ਵਿੱਚ ਕੁਝ ਅੱਜ ਜਿਹੜਾ ਮੰਗਵਾਇਆ ਉਹ ਹੈ ਵੀ ਆ ਜਾਂ ਨਹੀਂ ਹੈਗਾ। ਸੋ ਸਾਰਿਆਂ ਨੂੰ ਇਹੀ ਆ ਕਿ ਆਪਦਾ ਵੇਖ ਕੇ ਲਿਆ ਕਰੋ ਚੀਜ਼। ਸੋ ਧੰਨਵਾਦ, ਸਤਿ ਸ਼੍ਰੀ ਅਕਾਲ ਜੀ।